ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਚ ਗੱਲ ਕਰਾਂਗੇ ਕਿਵੇਂ ਪਤਾ ਕਰੀਏ ਕਿ ਤੁਹਾਡੇ ਨਾਮ ਤੇ ਕਿੰਨੇ ਮੋਬਾਈਲ ਨੰਬਰ ਚੱਲ ਰਹੇ ਹੈ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਨੇ ਇੱਕ ਪੋਰਟਲ ਜਾਰੀ ਕੀਤਾ ਹੈ ਜਿਸ ਤੇ ਤੁਸੀਂ ਜਾ ਕੇ ਪਤਾ ਕਰ ਸਕਦੇ ਹੋ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਨਾਮ ਤੇ ਕਿੰਨੇ ਮੋਬਾਈਲ ਨੰਬਰ ਚੱਲ ਰਹੇ ਹੈ ਜੇ ਕੋਈ ਤੁਹਾਡੇ ਨਾਮ ਤੇ ਕੋਈ ਨੰਬਰ ਨਹੀਂ ਚੱਲ ਰਿਹਾ ਤਾਂ ਉਸ ਨੂੰ ਤੁਸੀਂ ਰਿਪੋਰਟ ਕਰਕੇ ਬੰਦ ਕਰਵਾ ਸਕਦੇ ਹੋ ਤੇ ਦੂਸਰਾ ਉਹਦੇ ਵਿੱਚ ਜੇ ਤੁਹਾਡਾ ਕੋਈ ਮੋਬਾਈਲ ਚੋਰੀ ਹੋ ਗਿਆ ਜਾਂ ਗਵਾਚ ਗਿਆ ਉਸ ਨੂੰ ਬਲੌਕ ਕਰ ਸਕਦੇ ਹੋ ਉਸ ਪੋਰਟਲ ਤੇ ਜਾ ਕੇ ਬਲੌਕ ਕਰ ਸਕਦੇ ਹੋ ਗੱਲ ਕਰਾਂਗੇ ਸੰਚਾਰ ਸਾਥੀ ਪੋਰਟਲ ਦੀ ਜੋ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਦਾ ਅਫੀਸ਼ੀਅਲ ਪੋਰਟਲ ਹੈ ਜਿਸ ਤੇ ਤੁਸੀਂ ਜਾ ਕੇ ਇਹ ਪਤਾ ਕਰ ਸਕਦੇ ਹੋ ਕਿ ਤੁਹਾਡੇ ਨਾਮ ਤੇ ਕਿੰਨੇ ਮੋਬਾਈਲ ਨੰਬਰ ਚੱਲ ਰਹੇ ਆ ਤੇ ਜੇ ਕੋਈ ਮੋਬਾਈਲ ਚੋਰੀ ਹੋ ਗਿਆ ਤੁਹਾਡਾ ਜਾਂ ਗਵਾਚ ਗਿਆ ਉਸ ਨੂੰ ਤੁਸੀਂ ਜਾ ਕੇ ਬਲੌਕ ਕਰ ਸਕਦੇ ਹੋ ਥੱਲੇ ਜਾਵਾਂਗੇ ਇਸ ਪੋਰਟਲ ਦੇ ਥੱਲੇ ਜਾਵਾਂਗੇ ਤਾਂ ਇੱਥੇ ਦੋ ਆਪਸ਼ਨ ਨੇ ਇੱਕ ਤਾਂ ਤੁਸੀਂ ਪਤਾ ਕਰ ਸਕਦੇ ਹੋ ਤੁਹਾਡੇ ਨਾਮ ਤੇ ਕਿੰਨੇ ਮੋਬਾਈਲ ਕਨੈਕਸ਼ਨ ਚੱਲ ਰਹੇ ਆ ਤੇ ਦੂਸਰਾ ਤੁਸੀਂ ਜੇ ਤੁਹਾਡਾ ਮੋਬਾਈਲ ਚੋਰੀ ਹੋ ਜਾਂਦਾ ਹੈ ਜਾਂ ਗੁੰਮ ਹੋ ਜਾਂਦਾ ਹੈ ਤੁਸੀਂ ਇੱਥੋਂ ਬਲੌਕ ਕਰ ਸਕਦੇ ਹੋ ਜੇ ਮੋਬਾਈਲ ਮਿਲ ਜਾਂਦਾ ਹੈ ਬਾਅਦ ਚ ਤਾਂ ਅਨਬਲੌਕ ਵੀ ਕਰ ਸਕਦੇ ਹੋ ਜਿਵੇਂ ਮੈਂ ਚੈੱਕ ਕਰਦਾ ਕਿ ਮੇਰੇ ਨਾਂ ਤੇ ਕਿੰਨੇ ਮੋਬਾਈਲ ਨੰਬਰ ਚੱਲਦੇ ਨੇ ਇੱਥੇ ਕਲਿੱਕ ਕਰਾਂਗੇ ਇਸ ਤੋਂ ਬਾਅਦ ਨਵੀਂ ਟੈਬ ਓਪਨ ਹੋ ਜਾਂਦੀ ਹੈ ਇੱਥੇ ਇਸ ਤੇ ਆਪਣਾ ਮੋਬਾਈਲ ਨੰਬਰ ਭਰੋ ਜਿਵੇਂ ਮੈਂ ਆਪਣਾ ਮੋਬਾਈਲ ਨੰਬਰ ਭਰ ਰਿਹਾ ਇਸ ਤੋਂ ਬਾਅਦ ਤੁਸੀਂ ਕੈਪਚਾ ਫਿਲ ਕਰੋਗੇ ਵੈਲੀਡੇਟ ਕੈਪਚਾ ਤੇ ਕਲਿੱਕ ਕਰੋਗੇ ਇਸ ਤੋਂ ਬਾਅਦ ਤੁਹਾਡੇ ਨੰਬਰ ਤੇ ਓਟੀਪੀ ਆਵੇਗਾ ਓਟੀਪੀ ਫਿਲ ਕਰਾਂਗੇ ਇਸ ਤਰ੍ਹਾਂ ਤੁਹਾਡੇ ਸਾਹਮਣੇ ਆ ਜਾਵੇਗਾ ਕਿ ਤੁਹਾਡੇ ਨਾਂ ਤੇ ਕਿਹੜੇ-ਕਿਹੜੇ ਮੋਬਾਈਲ ਨੰਬਰ ਚੱਲ ਰਹੇ ਨੇ ਜੇ ਕੋਈ ਨੰਬਰ ਇਸ ਤਰ੍ਹਾਂ ਦਾ ਆਇਆ ਜੋ ਤੁਸੀਂ ਨਹੀਂ ਲਿਆ ਤੁਸੀਂ ਰਿਪੋਰਟ ਕਰ ਸਕਦੇ ਹੋ ਉਸ ਨੂੰ ਸਿਲੈਕਟ ਕਰਕੇ ਇੱਥੇ ਸਿਲੈਕਟ ਕਰ ਲਵੋ ਨਾਟ ਮਾਈ ਨੰਬਰ ਤੇ ਰਿਪੋਰਟ ਕਰ ਦਿਓ ਰਿਪੋਰਟ ਹੋ ਜਾਵੇਗਾ ਇਸੇ ਤਰ੍ਹਾਂ ਜੇ ਤੁਹਾਡਾ ਮੋਬਾਈਲ ਚੋਰੀ ਹੋ ਗਿਆ ਜਾਂ ਗਵਾਚ ਗਿਆ ਤਾਂ ਤੁਸੀਂ ਇੱਥੇ ਬਲੌਕ ਕਰ ਸਕਦੇ ਹੋ ਬਲੌਕ ਤੇ ਕਲਿੱਕ ਕਰੋ ਉਸ ਤੋਂ ਬਾਅਦ ਨਵਾਂ ਟੈਬ ਖੁੱਲ ਜਾਏਗਾ ਜੇ ਚੋਰੀ ਹੋਇਆ ਜਾਂ ਗਵਾਚ ਗਿਆ ਤੁਸੀਂ ਇੱਥੋਂ ਬਲੌਕ ਕਰ ਸਕਦੇ ਹੋ ਜੇ ਮਿਲ ਜਾਵੇ ਤਾਂ ਤੁਸੀਂ ਇੱਥੇ ਅਨਬਲੌਕ ਕਰ ਸਕਦੇ ਹੋ ਬਲੌਕ ਕਰਨਾ ਹੈ ਤਾਂ ਇੱਥੇ ਕਲਿੱਕ ਕਰੋ ਤਾਂ ਆਪਣੇ ਮੋਬਾਈਲ ਦੀ ਡਿਟੇਲ ਭਰੋ ਸਭ ਤੋਂ ਪਹਿਲਾਂ ਮੋਬਾਈਲ ਨੰਬਰ ਜੇ ਉਸ ਵਿੱਚ ਦੂਸਰਾ ਮੋਬਾਈਲ ਨੰਬਰ ਚੱਲਦਾ ਹੈ ਤਾਂ ਇੱਥੇ ਦੂਸਰਾ ਮੋਬਾਈਲ ਨੰਬਰ ਭਰੋ ਆਈਐਮਆਈਈ ਨੰਬਰ ਇਹ ਦੂਸਰਾ ਆਈਐਮਆਈਈ ਨੰਬਰ ਫਿਰ ਕਿਹੜੇ ਬ੍ਰਾਂਡ ਦਾ ਹੈਗਾ ਤੁਹਾਡਾ ਡਵਾਈਸ ਉਹ ਭਰੋ ਮਾਡਲ ਜੇ ਤੁਹਾਡੇ ਕੋਲ ਮੋਬਾਈਲ ਦਾ ਕੋਈ ਬਿੱਲ ਹੈ ਤਾਂ ਉਹ ਇੱਥੇ ਅਪਲੋਡ ਕਰ ਸਕਦੇ ਹੋ ਉਸ ਤੋਂ ਬਾਅਦ ਲਾਸਟ ਪਲੇਸ ਜਿੱਥੇ ਘਵਾਚਿਆ ਜਾਂ ਚੋਰੀ ਹੋਇਆ ਉਸ ਤੋਂ ਬਾਅਦ ਡੇਟ ਤਰੀਕ ਭਰੋ ਕਿਸ ਤਰੀਕ ਨੂੰ ਗਵਾਚ ਗਿਆ ਜਾਂ ਚੋਰੀ ਹੋ ਗਿਆ ਮੋਬਾਈਲ ਫੋਨ ਗਵਾਚਣ ਤੇ ਜੋ ਤੁਸੀਂ ਪੁਲਿਸ ਕੰਪਲੇਟ ਕੀਤੀ ਹੋਈ ਹੈ ਉਹ ਨੰਬਰ ਭਰੋ ਜੋ ਕੰਪਲੇਟ ਕੀਤੀ ਹੈ ਉਸ ਦੀ ਪੀਡੀਐਫ ਇੱਥੇ ਅਪਲੋਡ ਕਰੋ ਉਸ ਤੋਂ ਬਾਅਦ ਉਨਰ ਨੇਮ ਇੱਥੇ ਆਪਣਾ ਨਾਮ ਭਰੋ ਆਇਡੈਂਟੀਟੀ ਆਧਾਰ ਕਾਰਡ ਜਾਂ ਕੋਈ ਆਈਡੀ ਪ੍ਰੂਫ ਆਪਣਾ ਜੋ ਵੀ ਹੈ ਪੈਨ ਕਾਰਡ ਹੋ ਸਕਦਾ ਹੈ ਵੋਟਰ ਆਈਡੀ ਹੋ ਸਕਦਾ ਹੈ ਡਰਾਈਵਿੰਗ ਲਾਇਸੈਂਸ ਹੋ ਸਕਦਾ ਹੈ ਇੱਥੇ ਭਰੋ ਤੇ ਇੱਥੇ ਆਈਡੀ ਪ੍ਰੂਫ ਅਪਲੋਡ ਕਰੋ ਐਡਰੈਸ ਈਮੇਲ ਆਈਡੀ ਕੈਪਚਾ ਈਮੇਲ ਆਈਡੀ ਭਰੋ ਕੈਪਚਾ ਭਰੋ ਉਸ ਤੋਂ ਬਾਅਦ ਮੋਬਾਈਲ ਨੰਬਰ ਭਰੋ ਇੱਥੇ ਕਲਿੱਕ ਕਰਕੇ ਸਬਮਿਟ ਕਰ ਦਿਓ ਫਿਰ ਇੱਕ ਰਿਕੁਐਸਟ ਆਈਡੀ ਮਿਲ ਜੂਗੀ ਤੁਹਾਨੂੰ ਤੁਸੀਂ ਇਸ ਜਗ੍ਹਾ ਤੇ ਭਰ ਕੇ ਸਬਮਿਟ ਕਰਕੇ ਪਤਾ ਕਰ ਸਕਦੇ ਹੋ ਕਿ ਸਟੇਟਸ ਹੈ ਮੋਬਾਈਲ ਰਿਕੁਐਸਟ ਸਟੇਟਸ ਕੀ ਹੈ ਜੇ ਤੁਹਾਨੂੰ ਮਿਲ ਜਾਂਦਾ ਹੈ ਕਿ ਅਨਬਲੌਕ ਕਰਨਾ ਹੈ ਇੱਥੇ ਕਲਿੱਕ ਕਰੋ ਰਿਕੁਐਸਟ ਆਈਡੀ ਭਰੋ ਇੱਥੇ ਇਸ ਜਗ੍ਹਾ ਤੇ ਰਿਕੁਐਸਟ ਆਈਡੀ ਭਰੋ ਫਿਰ ਮੋਬਾਈਲ ਨੰਬਰ ਭਰੋ ਫਿਰ ਰੀਜ਼ਨ ਦੋ ਅਨਬਲੌਕ ਦਾ ਰੀਜ਼ਨ ਕੀ ਹੈ ਫਿਰ ਇਸ ਜਗ੍ਹਾ ਤੇ ਕੈਪਚਾ ਭਰੋ ਆਪਣਾ ਮੋਬਾਈਲ ਨੰਬਰ ਭਰੋ ਇਸ ਜਗ੍ਹਾ ਤੇ ਗੈਟ ਓਟੀਪੀ ਤੇ ਕਲਿੱਕ ਕਰੋ ਤੇ ਸਬਮਿਟ ਕਰ ਦਿਓ ਇਸ ਤਰ੍ਹਾਂ ਇਸ ਇਸ ਪੋਰਟਲ ਤੇ ਪਤਾ ਕਰ ਸਕਦੇ ਆ ਜਾ ਕੇ ਕਿ ਤੁਹਾਡੇ ਨਾਂ ਤੇ ਕਿੰਨੇ ਮੋਬਾਈਲ ਨੰਬਰ ਚੱਲ ਰਹੇ ਨੇ ਤੇ ਨਾਲ ਜੇ ਤੁਹਾਡਾ ਕੋਈ ਮੋਬਾਈਲ ਗਵਾਜ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਉਸ ਨੂੰ ਬਲੌਕ ਕਰ ਸਕਦੇ ਹੋ ਤੇ ਅਨਬਲੌਕ ਵੀ ਕਰ ਸਕਦੇ ਹੋ ਬਾਅਦ ਦੇ ਵਿੱਚ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ